गुड मॉर्निंग यार, इतने ना भी जिमें इस एरिए मैं बाकी तो पता नहीं, जिमें हर ट्यूजडे ना भी रात को आह लोग घर के बाहर डस्टबिन रख देंगे, तो ट्रक आता तो गारबेज कलैक्शन हो जाती है भी तुम आपका कूड़ा रख दो है ना। तो आओ देखो, हर किसी ने आपके घर के बारे डस्टबिन रखे हुए, तो वो ट्रक आऊगा तो सारा चक के ले जाऊगा। रात मीह पिया सी, हाँ देखो इधर मेन रोड पे भी सारे ने आपके डस्टबिन रखे हैं, तो बस ट्रक आने वाला। वो देखो भी गारबेज ट्रक आ गया, तो चक चक ते चक, इन्हू कहने गारबेज कलेक्शन। जिहड़ा ये ट्रक है ये स्पैशल भी जिन्होंने घा कट्टिया हुंदा घा चक्कण आउंदा झोलियां च पा लैंदे आ, हैलो ते लकड़ा लुकड़ा जिन्ना दी हुंदियां या ਬਾਈ ਤੋਂ ਨਾ ਕੂੜਾ ਥੱਲੇ ਖਿੰਡ ਗਿਆ ਅਤੇ ਹੁਣ ਉਹ ਨਾ ਗਲਵਸ ਪਾ ਕੇ ਆ ਰਿਹਾ ਅਤੇ ਉਹ ਥੱਲੋਂ ਜਿਹੜਾ ਟਰੱਕ 'ਚ ਨਹੀਂ ਆਇਆ ਕੂੜਾ ਅਤੇ ਹੁਣ ਉਹ ਚੱਕੂਗਾ। ਬਈ ਆਹ ਜਿਹੜਾ ਬਲੂ ਡਸਟਬਿਨ ਹੁੰਦਾ ਨਾ, ਬਲੂ 'ਚ ਤੁਸੀਂ ਪਾਉਣੇ ਹੋ ਪੇਪਰ ਹੈ ਨਾ, ਜਿਹੜਾ ਰੀਯੂਜ਼ੇਬਲ ਮਟੀਰੀਅਲ ਹੁੰਦਾ, ਅਤੇ ਗਰੇ 'ਚ ਪਾਉਂਦੇ ਹੋ ਤੁਸੀਂ ਘਰ ਦਾ ਕੂੜਾ, ਅਤੇ ਹਰ ਵਾਰੀ ਤੁਸੀਂ ਇਹ ਜਿੰਨਾ ਵੀ ਕਿਚਨ 'ਚ ਹੁੰਦਾ ਇੱਕ ਲਿਫਾਫੇ 'ਚ ਪਾ ਕੇ ਤੁਸੀਂ ਪਾ ਦਿੰਦੇ ਹੋ, ਠੀਕ ਹੈ। ਅਤੇ ਪਹਿਲਾਂ ਹੁਣ ਜਿਹੜਾ ਆਇਆ ਸੀਗਾ ਉਹ ਕੂੜਾ ਆਇਆ ਸੀਗਾ, ਹੁਣ ਇਹ ਜਾਣੀ ਕਿ ਕਿਚਨ ਵੇਸਟ ਲੈਣ ਆਇਆ ਸੀ, ਅਗਲਾ ਆਊਗਾ ਰੀਯੂਜ਼ੇਬਲ ਲਈ, ਠੀਕ ਹੈ। ਐਂ ਚੱਕ ਕੇ ਜਾਂਦੇ ਆ, ਅਤੇ ਬਸ ਇਹੀ ਚਲੋ ਆਪਾਂ ਚੱਲੇ ਹਾਂ ਚਿੱਠੀਆਂ ਚੈੱਕ ਕਰਨ। ਇੱਥੇ ਨੇੜੇ ਹੁੰਦਾ ਚਿੱਠੀਆਂ ਵਾਲਾ, ਇੱਧਰ ਆਹ ਅਤੇ ਐਂ ਲੈਟਰ ਬਾਕਸ 'ਚ ਆਹ ਲੱਗੇ ਹੋਏ ਆ, ਇਹਦੇ 'ਚ ਆਪਾਂ ਚੈੱਕ ਕਰ ਸਕਦੇ ਹਾਂ। ਯਾ ਆਈ ਨੋ, ਫਤਿਹ ਕਿਹੜਾ 2 ਨੰਬਰ 1 ਚਾਬੀ ਤੁਹਾਨੂੰ ਮਿਲਦੀ ਹੈ, ਅਤੇ ਚਾਬੀ ਨਾਲ ਆਪਾਂ ਇਹਨੂੰ ਚੈੱਕ ਕਰ ਲਈਦਾ। ਹਾਂ ਦੇਖੋ ਜਿਵੇਂ ਕਾਫੀ ਕੁਛ ਇਹ 'ਚ ਪਿਆ, ਤੁਸੀਂ ਇਹਨੂੰ ਦੁਬਾਰਾ ਲੌਕ ਕਰ ਦਿਓ। ਇਹਦੇ 'ਚ ਕੋਰੀਅਰ ਤੁਹਾਡੀ ਪੋਸਟਲ ਮੇਲ ਸਾਰਾ ਕੁਛ ਆਉਂਦਾ, ਅਤੇ ਹਰ ਘਰ ਦਾ ਹੁੰਦਾ ਸਿਸਟਮ, ਥੋੜ੍ਹੀ ਘਰ ਤੋਂ ਦੂਰ ਹੁੰਦਾ ਜਾਣੀ ਕਿ 100 ਮੀਟਰ,